ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਭਲੇ ਕਰ ਭਲੇ ਸਮੂਹ ਇਲਾਕਾ ਨਿਵਾਸੀ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਮਹਾਰਾਜ, ਜੋ ਸਾਲਾਨਾ ਜੋੜ ਮੇਲਾ ਬਿਰਧ ਆਸ਼ਰਮ ਫੱਤੂਆਣਾ ਵਿਖੇ ਜੋ ਮਨਾਇਆ ਜਾ ਰਿਹਾ ਹਰੇਕ ਸਾਲ ਦੀ ਤਰ੍ਹਾਂ। ਉੱਚੇ ਮੰਦਰ ਸੁਨਹਿਰੀ ਕੰਧਾਂ ਤੇਰੀਆਂ, ਧੰਨ ਧੰਨ ਰਾਜਾ ਸਾਹਿਬ ਜੀ। ਮਿਤੀ ਅਕਤੂਬਰ ਨੂੰ 17 ਤੋਂ ਆਰੰਭ ਹੋਵੇਗਾ 18-19। 17 ਤਰੀਕ ਨੂੰ ਨਗਰ ਕੀਰਤਨ ਆਰੰਭ ਹੋਵੇਗਾ। 18 ਦੇ ਸ਼ਾਮ ਨੂੰ ਮਿਤੇ ਸਵੇਰ ਨੂੰ ਵੀ ਦਰਬਾਰ ਵਿੱਚ ਕੀਰਤਨ ਦਾ ਦੀਵਾਨ ਸਜੇਗਾ, ਜਿਹਦੇ ਵਿੱਚ ਗੁਰਵਿੰਦਰ ਬੱਲੋਵਾਲ ਵਾਲੇ, ਬਾਬਾ ਕੁਲਦੀਪ ਸਿੰਘ ਜੀ 68 ਮਜਾਰੀ ਵਾਲੇ, ਉਹਨਾਂ ਤੋਂ ਉਪਰੰਤ ਮੀਰੀ ਪੀਰੀ ਜਗਾਦਰੀ ਵਾਲੀਆਂ ਬੀਬੀਆਂ ਦਾ ਜਥਾ, ਅਤੇ ਉਹ ਵੀ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਨਗੇ। 19 ਨੂੰ ਸਵੇਰ ਨੂੰ ਭੋਗ ਪੈ ਜਾਣੇ ਹਨ। ਉਸ ਤੋਂ ਬਾਅਦ ਪੰਡਿਤ ਸੋਮਨਾਥ ਜੀ, ਢਾਡੀ ਗੁਰਦਿਆਲ ਸਿੰਘ ਜੀ ਲਖਪੁਰ ਸਾਹਨੀ ਵਾਲੇ, ਅਤੇ ਢਾਡੀ ਜਥਾ ਬੀਬੀ ਜਸਵੀਰ ਕੌਰ ਜਸ਼, ਉਹਦੇ ਵਿੱਚ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਗੀਆਂ। ਉਹ ਦੁਖੀਆਂ ਗਰੀਬਾਂ ਨੂੰ ਵੀ ਗੱਲ ਨਾਲ ਲਾਉਣਾ ਹੈ, ਭੁੱਲੇ ਭਟਕਿਆਂ ਨੂੰ ਵੀ ਸਿੱਧੇ ਰਾਹੇ ਪਾਉਣਾ ਹੈ। ਇਹ ਜਿਹੜਾ ਸਥਾਨ ਹੈ ਬੰਗਿਆਂ ਤੋਂ ਮਕੰਦਪੁਰ ਰੋਡ, ਬੰਗਿਆਂ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਾਨ ਹੈ ਰਾਜ ਸਾਹਿਬ ਜੀ ਦਾ। ਮਕੰਦਪੁਰ ਤੋਂ 5 ਕਿਲੋਮੀਟਰ ਬੰਗਿਆਂ ਵੱਲ ਦੇ ਪਾਸੇ ਸਥਾਨ ਹੈ। ਸਾਰੀਆਂ ਸੰਗਤਾਂ ਬੇਨਤੀ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਰਾਜਾ ਬਲੀ ਕਰ ਭਲੀ, ਰਾਜਾ ਬਲੀ ਕਰ ਭਲੀ।